ਸਾਰੀਆਂ ਭੈਣਾਂ ਨੂੰ ਕਿ ਅੱਜ ਆਪਾਂ ਕਲੇ ਕਲੌਟ ਹਾਊਸ ਤੇ ਤੁਹਾਨੂੰ ਇੱਕ ਨਵੀਂ ਵੀਡੀਓ ਬਣਾ ਕੇ ਦਿਖਾ ਰਹੀ ਹੈ ਤੇ ਕਿਸੇ ਭੈਣ ਦੇ ਸੂਟ ਬਣ ਕੇ ਜਾਣੀ ਹੈ ਤੇ ਉਹ ਸਾਰੇ ਜਿਹੜੇ ਭੈਣ ਤਾਂ ਨਹੀਂ ਹੈਗੀ ਮੇਰੀ ਤਾਂ ਭਾਂਜੀ ਆ ਕਿਉਂਕਿ ਉਹਨੇ ਜਦੋਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਨਾ ਤਾਂ ਉਹ ਮੈਨੂੰ ਕਹਿੰਦੀ ਸੀਗੀ ਵੀ ਮੈਨੂੰ ਤੁਸੀਂ ਐਹ ਲੱਗਦੇ ਹੋ ਤੇ ਮੇਰੀ ਮੰਮੀ ਹੋ ਗਈ ਫਿਰ ਉਹਨੂੰ ਲੱਗਿਆ ਵੀ ਸ਼ਾਇਦ ਥੋੜ੍ਹਾ ਜ਼ਿਆਦਾ ਹੋ ਗਿਆ ਫਿਰ ਉਹ ਕਹਿੰਦੀ ਵੀ ਮੇਰੀ ਮਾਸੀ ਵਰਗੇ ਲੱਗਦੇ ਹੋ ਤੇ ਅਸੀਂ ਉਹਦਾ ਫੋਨ ਤੇ ਨਾ ਨੰਬਰ ਵੀ ਭਾਂਜੀ ਭਰਿਆ ਹੋਇਆ ਠੀਕ ਹੈ ਹਾਂ ਇਹ ਸਾਨੂੰ ਮਾਸੀ ਕਿਹਾ ਕਿ ਅਸੀਂ ਉਹਨੂੰ ਭਾਂਜੀ ਬਣਾ ਲਿਆ ਤੇ ਅੱਜ ਉਹਦੀ ਸੂਟ ਬਣ ਕੇ ਜਾਣੀ ਹੈ ਤੇ ਅਸੀਂ ਤੁਹਾਡੇ ਸੋਚਿਆ ਵੀ ਤੁਹਾਨੂੰ ਡਿਜ਼ਾਇਨਿੰਗ ਦਿਖਾ ਦਈਏ ਕਿਉਂਕਿ ਉਹਨਾਂ ਨੇ ਬਹੁਤ ਹੀ ਡਿਜ਼ਾਇਨਿੰਗ ਦੇ ਨਾਲ ਕਿਹਾ ਸੀ ਵੀ ਸੂਟ ਰੈਡੀ ਕਰਾਇਓ ਮੇਰੇ ਜਿੰਨੀ ਕੁ ਸਾਥੋਂ ਹੋ ਸਕੀ ਅਸੀਂ ਪੂਰੀ ਕੋਸ਼ਿਸ਼ ਕੀਤੀ ਇਹ ਆਪਣਾ ਰਨਟੈਕਸ ਦਾ ਹੀ ਸੂਟ ਸੀਗਾ ਆਪਣੀ ਸ਼ੌਪ ਦਾ ਸੀਗਾ ਤੁਸੀਂ ਦੇਖਿਆ ਹੋਇਆ ਵੀਡੀਓ 'ਚ ਠੀਕ ਹੈ ਸਿੰਪਲ ਅਸੀਂ ਇਹਨੂੰ ਇਹ ਸਾਰੀ ਡਿਜ਼ਾਇਨਿੰਗ ਇਹਦੇ ਵਿੱਚ ਸੀਗੀ ਸੂਟ ਦੇ ਠੀਕ ਹੈ ਅਤੇ ਇਹਦੇ ਨਾਲ ਉਹਨਾਂ ਨੇ ਨਾ ਇਹਨਾਂ ਦੀ ਆਪਾਂ ਸਲਵਾਰ ਬਣਾਈ ਹੈ ਅਫਗਾਨੀ ਠੀਕ ਹੈ ਮਤਲਬ ਵਰਕ ਆਲਰੇਡੀ ਬਹੁਤ ਸੀਗਾ ਸੂਟ ਦੇ ਉੱਤੇ ਕਿ ਆਹ ਆਪਾਂ ਅਫਗਾਨੀ ਕਰੀਏ ਸਲਵਾਰ ਹਾਂ ਆਹ ਦੇਖੋ ਬਹੁਤ ਸੋਹਣੀ ਹੈ ਇੱਕ ਸਾਰ ਚੋਣਾ ਪਾ ਕੇ ਬਹੁਤ ਸੋਹਣੀ ਸਲਵਾਰ ਬਣੀ ਹੈ ਸਿੰਪਲ ਐਂਡ ਸੋਬਰ ਇਹਨੂੰ ਆਪਾਂ ਜ਼ਿਆਦਾ ਲੇਸਿੰਗ ਤਾਂ ਨਹੀਂ ਕੀਤੀ ਕਿਉਂਕਿ ਸ਼ਰਟ ਕਾਫੀ ਹੈਵੀ ਸੀਗੀ ਅਤੇ ਬਸ ਇਹਨੂੰ ਡਿਜ਼ਾਇਨ ਆਪਾਂ ਸਿੰਪਲ ਅਫਗਾਨੀ ਸਲਵਾਰ ਬਣਾਤੀ ਇਹਦੇ ਨਾਲ ਠੀਕ ਹੈ ਅਤੇ ਬਹੁਤ ਪਿਆਰਾ ਲੱਗੂਗਾ ਇਹ ਆਪਣੀ ਭੈਣ ਜੀ ਆਪਣੀ ਡਾਕਟਰ ਹੈਗੀ ਹੈ ਅਮਰੀਕਾ ਦੇ ਵਿੱਚ ਉੱਥੇ ਜਾਣੀ ਬਣ ਕੇ ਸੂਟ ਅਤੇ ਗਲੇ ਦੇ ਉੱਤੇ ਆਪਾਂ ਸਲਵਾਰ ਨਾਲ ਦੇ ਬਟਨ ਦੇ ਦਿੱਤੇ ਠੀਕ ਹੈ ਅਤੇ ਬਾਹਾਂ ਦੇ ਉੱਤੇ ਇਸ ਤਰ੍ਹਾਂ ਡਿਜ਼ਾਇਨਿੰਗ ਕਰਤੀ ਸਿੰਪਲ ਐਂਡ ਸੋਬਰ ਕੱਟ ਦੇ ਕੇ ਠੀਕ ਅਤੇ ਤੁਹਾਨੂੰ ਦਿਖਾਉਣੀ ਹੈ ਲੱਗੇ ਇੱਕ ਸੂਟ ਆਹ ਸੀਗਾ ਅਤੇ ਇਹਦੇ ਵਿੱਚ ਆਪਾਂ ਬਣਾਈ ਹੈ ਇਹ ਧੋਤੀ ਸਲਵਾਰ ਠੀਕ ਹੈ ਆਹ ਜਿਹੜੀ ਆਪਾਂ ਇੱਦਾਂ ਰੇਬ ਕੱਟ ਕੇ ਬਣਾਉਂਦੇ ਹਾਂ ਉਹ ਵਾਲੀ ਸਲਵਾਰ ਬਣਵਾਈ ਹੈ ਅਤੇ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਜੇ ਮੈਨੂੰ ਸਲਵਾਰਾਂ ਦੇ ਉੱਤੇ ਡਿਜ਼ਾਇਨਿੰਗ ਚਾਹੀਦੀ ਹੈ ਅਤੇ ਫਿਰ ਆਪਾਂ ਮਤਲਬ ਮੇਨ ਕੰਸਨਟ੍ਰੇਸ਼ਨ ਸਲਵਾਰਾਂ 'ਤੇ ਜ਼ਿਆਦਾ ਰੱਖੀ ਇਹਨਾਂ ਨੂੰ ਕਰ ਦਿਓ ਧੋਤੀ ਹਾਂ ਤੁਹਾਨੂੰ ਰੇਬ ਕੱਟ ਕੇ ਬਣਦੀ ਜਿਹੜੀ ਉਹ ਵਾਲੀ ਸਲਵਾਰ ਬਣਾਈ ਹੈ ਧੋਤੀ ਸਲਵਾਰ ਠੀਕ ਹੈ ਫੈਬਰਿਕ ਵੀ ਆਪਣੇ ਕੋਲੋਂ ਲਿਆ ਸੀ ਬਹੁਤ ਪਿਆਰਾ ਫੈਬਰਿਕ ਹੈ ਇਹ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਕਿ ਆਪਾਂ ਸ਼ਰਟ ਨੂੰ ਕਾਲਰ ਦਿੱਤੀ ਹੈ ਠੀਕ ਹੈ ਜਿਹੜੇ ਵੱਡੇ ਕਾਲਰ ਸੀ ਕਿਉਂਕਿ ਅੱਜ ਕੱਲ੍ਹ ਕਾਲਰ ਫੈਸ਼ਨ 'ਚ ਵੀ ਹੈ ਅਤੇ ਨਾਲ ਇਹਨੂੰ ਆਪਾਂ ਜਿਹੜੀ ਇਹਦੀ ਨੀਚਿਓਂ ਗਲਾਈ ਦੇ ਕੇ ਬਣਾਇਆ ਆਪਾਂ ਇਹਨੂੰ ਘੇਰੇ ਨੂੰ ਠੀਕ ਹੈ ਕਿਉਂਕਿ ਕਾਲਰਾਂ ਦੇ ਨਾਲ ਗਲਾਈ ਵਾਲਾ ਘੇਰਾ ਕੁੜਤੀ ਸਟਾਈਲ ਲੱਗਦਾ ਜਿਵੇਂ ਪਹਿਲਾਂ ਕੁੜਤੀਆਂ ਪਾਉਂਦੇ ਹੁੰਦੇ ਸੀ ਉਸ ਤਰ੍ਹਾਂ ਦੀਆਂ ਅਤੇ ਥੋੜ੍ਹੀ ਜਿਹੀ ਹਲਕੀ ਜਿਹੀ ਅੰਬਰੇਲਾ ਕੱਟ ਹਾਫ ਅੰਬਰੇਲਾ ਜੀ ਆਪਾਂ ਇਹਦੀ ਪਾਕਿਸਤਾਨੀ ਸਟਾਈਲ ਦੇ ਵਿੱਚ ਬਾਜੂ ਬਣਾਈ ਹੈ ਠੀਕ ਹੈ ਕਿਉਂਕਿ ਫਲਾਰਿੰਗ ਬਹੁਤ ਸੀਗੀ ਸੋਬਰ ਦੀ ਲੁੱਕ ਰੱਖ ਕੇ ਆਪਾਂ ਉਹਨੂੰ ਸਟਾਈਲ ਅਤੇ ਲੇਸਿੰਗ ਜਦੋਂ ਆਪਾਂ ਇਕੱਠੇ ਕਰ ਦਿੰਦੇ ਹਾਂ ਨਾ ਫਿਰ ਉਹ ਕੋਈ ਵੀ ਚੀਜ਼ ਆਪਣਾ ਪ੍ਰਭਾਵ ਨਹੀਂ ਦਿਖਾ ਪਾਉਂਦੀ ਇੱਥੇ ਆਪਾਂ ਸਟਾਈਲ ਰੱਖਿਆ ਹੋਇਆ ਅਤੇ ਲੇਸਿੰਗ ਘਟਾਈ ਹੋਈ ਹੈ ਸਿਰਫ ਸਟਾਈਲ ਜਿਹੜਾ ਉਹ ਮੇਨ ਉੱਭਰ ਕੇ ਸਾਹਮਣੇ ਆਊਗਾ ਅਤੇ ਧੋਤੀ ਸਲਵਾਰ ਦੇ ਨਾਲ ਜਿਹੜੀ ਆਪਣੀ ਕਾਲਰਾਂ ਵਾਲੀ ਕੁੜਤੀ ਗੋਲ ਘੇਰੇ ਦੀ ਬਹੁਤ ਪਿਆਰੀ ਲੁੱਕ ਦਾ ਸੂਟ ਰੈਡੀ ਹੋਇਆ ਸਿੰਪਲ ਐਂਡ ਸੋਬਰ ਠੀਕ ਹੈ ਅਤੇ ਅਗਲਾ ਤੁਹਾਨੂੰ ਦਿਖਾਉਣੀ ਹੈ ਇਹ ਆਪਣਾ ਬਟਰ ਕਾਟਨ ਦਾ ਸੂਟ ਸੀ ਉਹੀ ਆ ਹਾਂਜੀ ਇਹਦੇ ਵਿੱਚ ਆਪਾਂ ਪੌਂਚਿਆਂ ਦੇ ਉੱਤੇ ਦੇਖੋ ਇੱਕ ਟਾਵਾਂ ਵਾਲੀ ਮੂਰੀ ਬਣਾਤੀ ਠੀਕ ਹੈ ਤੁਹਾਨੂੰ ਇਹ ਵੀ ਆਪਣੀ ਵੀਡੀਓ 'ਚ ਦੇਖਿਆ ਹੋਇਆ ਤੁਸੀਂ ਬਟਰ ਕਾਟਨ ਵਾਲੀ ਵਿੱਚ ਅਤੇ ਨਾਲ ਇਹਦੇ ਆਪਾਂ ਬਣਾਈ ਹੈ ਬਿਲਕੁਲ ਹੀ ਪੁਰਾਣੇ ਸਟਾਈਲ ਦੇ ਵਿੱਚ ਉਹੀ ਬਟਨ ਲਾ ਕੇ ਜਿਹੜੇ ਪਹਿਲਾਂ ਆਪਣੀਆਂ ਦਾਦੀਆਂ ਮਾਵਾਂ ਤਾਂ ਸ਼ਾਇਦ ਨਹੀਂ ਦਾਦੀਆਂ ਪਾਉਂਦੀਆਂ ਹੁੰਦੀਆਂ ਸੀ ਕੁੜਤੀਆਂ ਅਤੇ ਉਹੀ ਕਫਾਂ ਵਾਲੇ ਬਾਜੂ ਹਲਕਾ ਜਿਹਾ ਇਹਦੇ ਵਿੱਚ ਆਪਾਂ ਨੂੰ ਸਪੇਸ ਦਿੱਤੀ ਹੈ ਠੀਕ ਹੈ ਅਤੇ ਕਫਾਂ ਵਾਲੇ ਬਾਜੂ ਅਤੇ ਪੂਰੇ ਮਤਲਬ ਜੈਂਟਸ ਸਟਾਈਲ 'ਚ ਪਹਿਲਾਂ ਕੁੜਤੀਆਂ ਪਾਉਂਦੀਆਂ ਸੀ ਜਿਹੜੀਆਂ ਆਪਣੀਆਂ ਦਾਦੀਆਂ ਉਹ ਵਾਲੀ ਕੁੜਤੀ ਬਣਾਈ ਹੈ ਆਪਾਂ ਨਾਲ ਠੀਕ ਹੈ ਅਤੇ ਗੀਜਾ ਲਾ ਕੇ ਸਾਈਡ ਤੋਂ ਅਤੇ ਨਾਲ ਆਪਾਂ ਗੋਲ ਘੇਰਾ ਦਿੱਤਾ ਇਹਨੂੰ ਠੀਕ ਹੈ ਇੱਕ ਇਹ ਸਟਾਈਲ ਇਹ ਮੈਨੂੰ ਪਰਸਨਲੀ ਵੀ ਬਹੁਤ ਸੋਹਣਾ ਲੱਗਿਆ ਮੇਰਾ ਵੀ ਦਿਲ ਕਰਨ ਲੱਗ ਗਿਆ ਦੇਖ ਕੇ ਭੈਣ ਦਾ ਸੂਟ ਵੀ ਹੁਣ ਮੈਂ ਵੀ ਬਹੁਤ ਛੇਤੀ ਇਹੋ ਜਿਹਾ ਇੱਕ ਕੁੜਤੀ ਸਟਾਈਲ ਦੇ ਵਿੱਚ ਅੱਜ ਕੱਲ੍ਹ ਵੱਡੇ ਕਲਰਾਂ ਵਾਲੇ ਸੂਟ ਚੱਲ ਵੀ ਰਹੇ ਨੇ ਬਹੁਤ ਠੀਕ ਹੈ ਅਤੇ ਇਹਦੇ ਨਾਲ ਇਹ ਦੁਪੱਟਾ ਸੀਗਾ ਨੈਕਸਟ ਆਪਾਂ ਤੁਹਾਨੂੰ ਹੋਰ ਦਿਖਾਉਂਦੀ ਹਾਂ ਮੈਂ ਇਹ ਤਾਂ ਮੈਂ ਤੁਹਾਨੂੰ ਉਹ ਵਾਲੇ ਸੂਟ ਦਿਖਾ ਰਹੀ ਹਾਂ ਤੁਹਾਡੀ ਭਾਂਜੀ ਦੇ ਜਿਨ੍ਹਾਂ ਦੇ ਵਿੱਚ ਥੋੜ੍ਹੀ ਜਿਹੀ ਸਟਾਈਲਿੰਗ ਹੈ ਜਿਹੜੇ ਸਿੰਪਲ ਵੀ ਬਣਵਾਏ ਨੇ ਕੁਛ ਉਹਨਾਂ ਨੇ ਉਹ ਮੈਂ ਤੁਹਾਨੂੰ ਹਲੇ ਨਹੀਂ ਦਿਖਾ ਰਹੀ ਠੀਕ ਹੈ ਇਹਦੇ ਵਿੱਚ ਵੀ ਇਹ ਵੀ ਤੁਸੀਂ ਦੇਖਿਆ ਆਪਣੇ 6 ਮੀਟਰ ਵਾਲੇ ਸੂਟਾਂ ਦੇ ਵਿੱਚ ਇਹ ਡਿਜ਼ਾਇਨ ਦੇਖਿਆ ਸੀ ਤੁਸੀਂ ਸਾਰਿਆਂ ਨੇ ਠੀਕ ਹੈ ਅਤੇ ਉਹਨੂੰ ਇਹ ਵਾਲਾ ਕਲਰ ਜਿਹੜਾ ਵਿੱਚ ਬਹੁਤ ਥੋੜ੍ਹਾ ਦਿਖਦਾ ਉਹ ਕਲਰ ਚੱਕ ਕੇ ਆਪਾਂ ਲੇਸਿੰਗ ਕਰਤੀ ਅਤੇ ਸੇਮ ਲੇਸਿੰਗ ਆਪਾਂ ਗਲੇ 'ਤੇ ਅਤੇ ਸੇਮ ਕਲਰ ਦੇ ਬਟਨ ਲਗਾਤੇ ਠੀਕ ਹੈ ਅਤੇ ਸਿੰਪਲ ਬਾਹਾਂ ਰੱਖੀਆਂ ਇਹਦੀਆਂ ਅਤੇ ਇਹਦੀ ਜਿਹੜੀ ਮੂਰੀ ਹੈ ਉਹਨੂੰ ਲੇਸਿੰਗ ਦਿੱਤੀ ਨਾਲ ਠੀਕ ਹੈ ਮੂਰੀ ਦੇ ਉੱਪਰ ਰੱਖ ਕੇ ਲਈ ਹੈ ਪਰ ਵਧਮੀ ਨਹੀਂ ਲਾਈ ਕਿਉਂਕਿ ਵਧਮੀ ਜਿਹੜੀ ਹੁੰਦੀ ਕਈ ਵਾਰੀ ਪੈਰ 'ਤੇ ਨਾ ਉਹ ਜਿਵੇਂ ਖੁਰਕ ਜਿਹੀ ਹੁੰਦੀ ਰਹਿੰਦੀ ਮਾੜਾ ਮਾੜਾ ਲੱਗਦੀ ਰਹਿੰਦੀ ਟੱਚ ਹੁੰਦੀ ਰਹਿੰਦੀ ਹੈ
तो उपर रख के अपना नाल बनाया। ब्यूटीफुल सूट रेडी हो गया, दुपट्टा ये ऑलरेडी सीगा। ठीक है, एक अपना ये भी सूट तुसी वीडियो सारे ने देखा होया, बहुत फेमस होया सी ये डिजाइन, साडा बहुत सूट बेची है असी। ठीक है, ये अपना की किया हो बहुत बरीक जी लेस है ना, वो चॉइस भी बहुत मैटर करती, कुछ भी फड़के नहीं चपा, मतलब बहुत सोहनी लेस लगाई हुई आप गले के उत्ते भी यही लेस दिती है, तो नाल ये बहुत सोहनी बाजू के हल्का जहा स्टाइल दिता आप। देखो आ वाली लेस बाजू के एडिशन की है, क्योंकि बाजू बिल्कुल सिंपल सी। आह सूट जाने बन के वाइट सूट थोड़ी याद होना है, वीडियो जब देखे। ठीक है, तो बहुत प्यारा सूट है भी, यहाँ जो बॉर्डर से बैक साइड का बॉर्डर उदू भी आप थोड़ा दसिया वीडियो भी इन्हें तुम प्लाजो से या बॉटम के उ गले के उत्ते आई बटन जो बनाते बहुत सोहने लग रहे हैं, जिमें आईस जी होंगे वे बने हुए हैं, तो आप बैक तो चक के जो बैक बॉर्डर से प्लाजो पर लगाता। ठीक है, तो कुल्ले मूरी का प्लाजो बनवाया इन्होंने, बहुत सोहना सूट रेडी होया भी, तो बस एक तो सिंपल ही है, क्योंकि प्रिंट प्रुंट बहुत सीगा पहले ही, तो बस ये सिंपल बाहों कट वाली बाहों बनाती हैं काफ़ी, इस तरह पाइपिंग देके आप जी। सो ये थोड़ी जी जो सूट रेडी होके आए थोड़े डिजाइन, तो बाकी थोड़ा जिमें जिमें आते रहेंगे दिखाते रहेंगे, थोड़ा भी आइडिया मिल गया, तो सानू भी नवे नवे आइडिया थोड़े तो ही मिलने, जो रिक्वायरमेंट होंगी थोड़ी उदो सू फिर क्रिएटिविटी करनी पड़ती है कोई। ठीक है जी, सो ये थोड़ी जी डिजाइनिंग, ये तुम अपने आइडियाज़ भी जरूर सानू शेयर करा करो, ताकि आप होर वधिया खूबसूरत आइडियाज़ जो कर सकी, तो जल्द आप नवी वीडियो लाएंगे।